सुचा सिंह छोटेपुर जी की लग रहा वा जो पंजाब च हो रहा वा जो मुख्यमंत्री ऑफिस च हो रहा वा इनू लोकी एक्सेप्ट करनगे कि हद तक एक्सेप्ट करनगे? देखो लोगों को पता वा जी पिछले 2.5 साल तो भी उत्थे इहदी ते कोई गलबात नहीं, इह ते मोहरा ही सीगा, चलाह ते दिल्ली वाले रहे सी पहला, ते हुण उह ओपन हो गया। हुण उहने इहनां दे सारे जिहड़े बंदे आ ਉਹ ਬਲਜੀਤ ਪੰਨੂ ਵੀ ਕਰ ਦਿੱਤੀ ਛੁੱਟੀ, ਓਮਕਾਰ ਸਿੰਘ ਦੀ ਵੀ ਕਦਵੇ ਦੀ ਵੀ ਕਰਤੀ, ਤੇ ਉਹਨਾਂ ਨੇ ਆਪਣਾ ਵੈਭਵ ਜਿੰਨੇ ਉਹ ਬੀਬੀ ਨੂੰ ਚਪੇੜਾਂ ਮਾਰੀਆਂ ਸੀ ਰਾਜ ਸਭਾ ਦੀ ਮੈਂਬਰ ਨੂੰ, ਉਹਨੂੰ ਲਿਆ ਕੇ ਦਫ਼ਤਰ ਦੇ ਵਿੱਚ ਭਾਲ ਦਿੱਤਾ ਵਾ। ਤੇ ਪੰਜਾਬ ਦੇ ਵਿੱਚ ਰਿਊਮਰ ਤੇ ਆ ਵੀ ਇਹਨੂੰ ਉਹਨਾਂ ਨੇ ਆਪ ਹੀ ਹਸਪਤਾਲ ਦਾਖਲ ਕਰਾਇਆ। ਇਹ ਕਿਸੇ ਬੰਦੇ ਨੂੰ ਕਹਿੰਦਾ ਸੀ ਮੈਨੂੰ ਕੋਈ ਬਿਮਾਰੀ ਨੀ, ਮੈਨੂੰ ਕਹਿੰਦਾ ਧੱਕੇ ਨਾਲ ਦਾਖਲ ਕਰਾਇਆ ਵਾ ਤੇ ਮੇਰੇ ਦਫ਼ਤਰ ਤੇ ਕਬਜ਼ਾ ਕਰ ਲਿਆ ਵਾ। ਤੇ ਪਰ ਇਹ ਸ਼ੁਰੂ ਤੋਂ ਦਿੱਲੀ ਵਾਲਿਆਂ ਦਾ ਇਹਨਾਂ ਤੇ ਕਬਜ਼ਾ ਸੀ, ਤੇ ਬਰਾਏ ਨਾਂ ਵੀ ਬੈਠਾ ਸੀਗਾ। ਤੇ ਬਾਕੀ ਸੰਧੂ ਸਾਹਿਬ ਜੋ ਬੀਜਿਆ ਹੋਇਆ ਉਹ ਵੱਢਣਾ ਪੈਂਦਾ ਵਾ। ਇਸ ਬੰਦੇ ਨੇ ਪੰਜਾਬ ਦਾ ਬੇੜਾ ਕਰ ਕਰ ਲਈ। ਇੱਕ ਇੱਕ ਬੰਦੇ ਦੇ ਮੈਨੂੰ ਕੱਢਿਆ, ਖਹਿਰੇ ਨੂੰ ਕੱਢਿਆ, ਫੁਲਕੇ ਨੂੰ ਕੱਢਿਆ, ਘੁੱਗੀ ਨੂੰ ਕੱਢਿਆ, ਇਹ ਸਾਰੀਆਂ ਪਲੈਨਾਂ ਬਣਾ ਸੀਗਾ। ਤੇ ਜੋ ਇਹਨੇ ਬੀਜਿਆ ਸੀ ਉਹ ਵੱਢਣਾ ਪੈਣਾ ਵਾ ਇਹਨੂੰ। ਹੁਣ ਜੋ ਲੋਕਾਂ ਨੇ ਇਹਨੇ ਕੀਤਾ ਉਹ ਲੋਕ ਤਾਂ ਸਮਝਿਆ ਵੀ ਅੱਜ ਕੱਲ੍ਹ ਤਾਂ ਪਰਾਉਣਾ ਵਾ, ਪੱਲੇ ਹੋਣੇ ਤੇ ਕੱਖ ਨੀ। ਹੁਣ ਤਾਂ ਟੀਵੀ ਤੇ ਤੁਰਿਆ ਜਾਂਦੇ ਸੀ ਵੀ ਜਾਰਦੀਆਂ ਲੱਤਾਂ ਕੰਬਦੀਆਂ ਨੇ ਹੁਣ, ਤੇ ਅਸੀਂ ਤੁਸੀਂ ਲਾਲਚ ਪਾਵਰ ਹੰਗਰੀ ਹੈ ਨੀ ਸੀ, ਅਸੀਂ ਤਾਂ ਬਿਨਾਂ ਬਿਜਾ ਸਕਦੇ। ਤੇ ਮੈਨੂੰ ਤੇ ਇਹਦਾ ਚਿੰਤਾ ਇਹ ਆ ਭਾਈ ਜਿੱਦਣ ਇਹ ਲੱਥ ਗਿਆ ਬਹੁਤੀ ਦੇਰ ਇਹਨੇ ਦਰੂ ਪੀ ਜਾਣਾ ਤੇ ਇਹਨੇ ਬਸ ਚੱਲ ਜਾਣਾ, ਇਹਨੇ ਬਹੁਤ ਟੈਨਸ਼ਨ ਲੈ ਜਾਣੀ ਇਹਨੇ। ਮੈਨੂੰ ਯਾਦ ਆ ਸੁੱਚਾ ਸਿੰਘ ਛੋਟੇਪੁਰ ਜੀ ਜਦੋਂ ਤੁਹਾਡੇ ਖਿਲਾਫ ਸਾਜਿਸ਼ ਰਚੀ ਗਈ ਸੀ, ਇੱਕ ਮਨ ਘੜਨ ਤੋਂ ਸਾਜਿਸ਼ ਰਚੀ ਗਈ ਸੀ, ਜਿਹੜੇ ਲੋਕਾਂ ਨੇ ਸਾਈਨ ਕੀਤੇ ਸੀ ਉਸ ਚਿੱਠੀ ਭਗਵੰਤ ਮਾਨ ਪ੍ਰਮੁੱਖ ਸੀ। ਸਹਿਮਤੀ ਨਹੀਂ ਸੀ ਪ੍ਰਗਟਾਈ, ਤੁਸੀਂ ਖੜੇ ਸੀ ਸੱਚ ਦੇ ਨਾਲ, ਪਰ ਇਹ ਸਾਰੇ ਉਦੋਂ ਮਰ ਗਏ ਸੀ ਜੀ, ਸਾਰਿਆਂ ਨੇ ਜੀ। ਛੋਟੇਪੁਰ ਜੀ ਕੀ ਲੱਗਦਾ ਵਾ ਭਗਵਾਨ ਮਾਨ ਰਿਐਕਟ ਕਿਉਂ ਨਹੀਂ ਕਰਦਾ, ਕਿਉਂਕਿ ਮੁੱਖ ਮੰਤਰੀ ਤੇ ਆਲ ਇਨ ਆਲ ਹੁੰਦਾ ਵਾ, ਜੇ ਐਮਐਲਏ ਉਹਦੇ ਨਾਲ ਨੇ ਉਹ ਨਾ ਐਕਸੈਪਟ ਕਰੇ ਉਹਨਾਂ ਦੇ ਕੋਲ ਹੋਣੇ ਦਾ, ਉਹਨਾਂ ਦੇ ਕੋਲ ਸੰਧੂ ਸਾਹਿਬ ਇਹਨਾਂ ਦਾ ਸਭ ਡਾਟਾ ਵਾ, ਉਹਨਾਂ ਨੂੰ ਪਤਾ ਵੀ ਕਿੱਥੇ ਕਿੱਥੇ ਇਹਨੇ ਮਾਲ ਭੇਜਿਆ ਵਾ, ਇਹਦੀ ਮਾਤਾ ਕਿੰਨੀ ਵਾਰੀ ਆਸਟ੍ਰੇਲੀਆ ਗਈ ਆ, ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਲੋਕਾਂ ਦੇ ਵਿੱਚ ਲਾਈਮ ਲਾਈਟ ਚ ਆ ਗਈਆਂ ਹੋਈਆਂ ਨੇ। ਸੋ ਤੁਹਾਨੂੰ ਲੱਗਦਾ ਕਿ ਇਹਨੂੰ ਬਲੈਕਮੇਲ ਬਲੈਕਮੇਲ ਕਰਕੇ ਰੱਖ ਰਹੇ ਆ? ਹਾਂ, ਬਲੈਕਮੇਲ ਕਰਕੇ ਰੱਖਿਆ ਉਹਨਾਂ ਨੂੰ, ਸਾਰੀ ਇੱਕ ਇੱਕ ਦੀ ਕਰਤੂਤ ਦਾ ਪਤਾ ਵਾ, ਸਾਰੇ ਹਾਲਾਤਾਂ ਦਾ ਪਤਾ ਵਾ, ਇਹ ਉਹਨਾਂ ਦੇ ਸਾਹਮਣੇ ਬੋਲ ਹੀ ਨਹੀਂ ਸਕਦਾ। ਤੁਸੀਂ ਪੰਜਾਬ ਦੇ ਵਿੱਚ ਛੋਟੇਪੁਰ ਜੀ ਤੁਸੀਂ ਮੰਤਰੀ ਵੀ ਰਹੇ ਜੇ, ਦੁਬਾਰਾ ਦੁਬਾਰਾ ਚੀਫ ਸੈਕਟਰੀ ਬਦਲਣਾ, ਦਿੱਲੀ ਦੇ ਆਪਣੇ ਪੰਜਾਬ ਦੇ ਮੰਤਰੀਆਂ ਨੂੰ ਦਿੱਲੀ ਬੁਲਾਉਣਾ, ਸੀਐਮ ਆਫਿਸ ਤੇ ਦਿੱਲੀ ਦਾ ਕਬਜ਼ਾ ਹੋਣਾ, ਇਹ ਬਦਕਿਸਮਤੀ ਹੈ ਜੀ, ਇਹ ਪੰਜਾਬ ਵਾਸਤੇ ਬਹੁਤ ਵੱਡਾ ਚੈਲੰਜ ਆ। ਪਰ ਇਹ ਰਸਤਾ ਇਹਨੇ ਖੁਦ ਬਣਾਇਆ ਵਾ, ਇਹਨੇ ਰਸਤਾ ਖੁਦ ਬਣਾਇਆ, ਡੀਜੀਪੀ ਵੀ ਬਾਹਰ ਦਾ ਤੇ ਚੀਫ ਸੈਕਟਰੀ ਵੀ ਬਾਹਰ ਦਾ, ਇੱਕ ਬਿਹਾਰੀ ਆ ਤੇ ਵੀਜ਼ਾ। ਤੇ ਮੈਨੂੰ ਤੇ ਲੋਕਾਂ ਚ ਤੇ ਚਰਚਾ ਇਹ ਆ ਵੀ ਪਤਾ ਨੀ ਹੋ ਸਕਦਾ, ਐਮਐਲਏ ਆਪਣੇ ਜਿਹੜੇ ਬਣੇ ਆ ਬੜੇ, ਆਪਾਂ ਤੇ ਜਾਣਦੇ ਇੱਕ ਦੂਜੇ ਨੂੰ, ਸਾਰਿਆਂ ਨੂੰ ਖੁਸ਼ੀ ਪਾਏ ਤੇ ਇਹ ਕਹਿ ਰਹੇ ਵੀ ਸਰ ਤੁਸੀਂ ਆ ਉਹ ਤੁਹਾਡੇ ਬਿਨਾਂ ਸਾਡਾ ਸਰਦਾ ਹੀ ਨੀਗਾ। ਲੋਕਾਂ ਨੂੰ ਇਹ ਵੀ ਖਦਸ਼ਾ ਵੀ ਹੋ ਸਕਦਾ ਵੀ ਜਾਂ ਉਹਦੀ ਘਰ ਦੀ ਆ ਜੇ ਤੇ ਜਾਂ ਉਹ ਆਪ ਆ ਜੇ, ਤੇ ਜੇ ਇਹਨਾਂ ਚੋਂ ਕੋਈ ਆਇਆ ਤਾਂ ਉਹ ਹੀ ਆਉਣਾ ਵਾ ਜੀ, ਜੇ ਰੀੜ ਦੀ ਹੱਡੀ ਨਾ ਹੋਈ ਉਹ ਜੈਸ ਮੈਨ ਹੋਇਆ, ਕਿਉਂਕਿ ਉਹਨੂੰ ਤਾਂ ਪੈਸੇ ਚਾਹੀਦੇ। ਹੁਣ ਜਿਸ ਤਰ੍ਹਾਂ ਜੋ ਹਾਲ ਇਹਦਾ ਹਰਿਆਣੇ ਦੇ ਵਿੱਚ ਹੋਇਆ, ਹਰਿਆਣੇ ਦੇ ਵਿੱਚ 10 ਸੀਟਾਂ ਨੋਟਾਂ ਤੋਂ ਥੱਲੇ ਗਈਆਂ ਨੇ, ਬਿਲਕੁਲ ਠੀਕ ਹੈ, 80 ਸੀਟਾਂ ਤੇ ਜ਼ਮਾਨਤਾਂ ਜ਼ਬਤ ਹੋਈਆਂ ਨੇ, ਸਹੀ ਗੱਲ। ਤੇ ਹੁਣ ਤੇ ਇਹਨਾਂ ਦੇਣੇ ਪੈ ਗਏ, ਪੰਜਾਬ ਦੇ ਵਿੱਚ ਕੰਮ ਮੁੱਕ ਗਿਆ ਇਹਨਾਂ ਦਾ, ਹੁਣ ਤੇ ਜਿਹੜਾ ਫਾਰਮੈਲਿਟੀ ਸੀ ਜਿੰਨਾ ਕੁ ਇਹਨਾਂ ਦਾ ਟਾਈਮ ਆ ਪਤਾ ਨੀ ਕਿਤਨਾ ਪੂਰਾ ਹੁੰਦਾ ਵਾ, ਇਹਦਾ ਦਿੱਲੀ ਚ ਵੀ ਕੰਮ ਮੁੱਕ ਜਾਣਾ ਵਾ। ਓਕੇ, ਬਹੁਤ ਮਿਹਰਬਾਨੀ ਸੁੱਚਾ ਸਿੰਘ ਜੀ, ਸਮਾਂ ਕੱਢ ਕੇ ਜੁੜੇ, ਥੈਂਕ ਯੂ। ਮਿਹਰਬਾਨੀ ਭਰਾ, ਤੁਸੀਂ ਸੰਧੂ ਸਾਹਿਬ ਯਾਦ ਕਰਦੇ ਹੋ, ਧੰਨਵਾਦ ਤੁਹਾਡਾ। ਥੈਂਕ ਯੂ, ਥੈਂਕ ਯੂ।